ਕਰਾਈ ਚੈਨਲ 769 ਤੇ ਸੰਗੀਤ ਟੈਲੀਵਿਜ਼ਨ ਅਡਲਸਨ ਸਿਲਿਸਟਰ ਵੱਲੋਂ ਸਾਡੇ ਸਾਰੇ ਦੇਖਣ ਵਾਲਿਆਂ ਨੂੰ ਵੈਰੀ ਵੈਲਕਮ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਹਰ ਹਫਤੇ ਦੀ ਤਰ੍ਹਾਂ ਅੱਜ ਵੀ ਤੁਹਾਡੀ ਸੇਵਾ ਦੇ ਚ ਲੈ ਕੇ ਵਕੀਲ ਦਲਜੀਤ ਨਿਜਰਾਨ ਔਰ ਮੈਂ ਵਿਖੀ ਗਿਲ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ ਐਸੀਆਂ ਐਸੀਆਂ ਗੱਲਾਂ ਹੋਣਗੀਆਂ ਜਿਹੜੀਆਂ ਕਿ ਅਸੀਂ ਨਹੀਂ ਚਾਹਦੇ ਇਹ ਗੱਲਾਂ ਕਰਨੀਆਂ ਔਰ ਤੁਹਾਨੂੰ ਇਹ ਗੱਲਾਂ ਸੋਚਣੀਆਂ ਔਰ ਕਰਨੀਆਂ ਚਾਹੀਦੀਆਂ ਹੈ ਸਾਡੇ ਸਾਰਿਆਂ ਦੇ ਔਰ ਤੁਹਾਡੇ ਫਿਊਚਰ ਦੀ ਬੈਟਰਮੈਂਟ ਵਾਸਤੇ ਇਸ ਤੋਂ ਪਹਿਲੇ कि ज्यादा टाइम मैं अपन गल्च वेस्ट करा वकील जी साहब का स्वागत कर दिया क्योंकि कुछ ऐसे ऐसे क्वेश्चन हैं जेडे कि पूछे बगैर मेरे को रहा नहीं जा रहा वकील साहब जी सत्या सत्य सुनिया ना अविनास्टी होने वाली नहीं वि sky channel 7690 ਤੁਸੀਂ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ আর ਸੰਗਤ ਟੈਲੀਵਿਜ਼ਨ ਤੇ ਡਲਸਨ ਸਿਲਸਟਰ ਦਾ স্পেশাল প্রোগ্রাম পেইজ ਕੀਤਾ ਜਾ ਰਿਹਾ ਹੈ ਡਲਸਨ ਸਿਲਸਟਰ ਦੇ ਮਾਹਿਰ ਵਕੀਲ ਤਲਜੀਤ ਜੀ ਇਹਨਾਂ ਨੂੰ ਮਿਲਣ ਵਾਸਤੇ ਇੱਕ ਤਰਸਤਾ ਹੈ ਸੰਗਤ ਟੈਲੀਵਿਜ਼ਨ ਤੇ ਸੰਗਤ ਟੈਲੀਵਿਜ਼ਨ ਦਾ ਜਿਹੜਾ ਰਿਸੈਪਸ਼ਨ ਦਾ ਟੈਲੀਫੋਨ ਨੰਬਰ ਹੈ टेलीफोन करो और अपना टेलीफोन नंबर और अपना नाम छोड़ दो तो वकील साहब आपे तो टेलीफोन करके कॉन्टैक्ट करेंगे फिर वो बाद उ वट्सअप का नंबर भी आ रहा है और जो वटसएप का नंबर है वह भी इस्तेमाल कर सकते होते टैलीफोन कर सकते हो या फिर वो अपना मैसेज छड़ सकते हो तो पता है कि वकील साहब तीन एड्रेसिस से जाते होंगे सके बिल्कुल फ्री राय देने तो हूँ वो फ्री राय देन वास्ते नहीं जा सकते क्योंकि लॉकडाउन है और कोविड नाइनटीन का खतरा भी है तो उन्होंने जगह पर ना जाके मिलन के दो ही रस्ते हैं एक तो संगत टेलीविजन और दूसरा तीस इन्हों के अपने ऑफिस भी जा सकते हो सैवनटीन स्कूल रोड Hall Green ਉੱਥੋਂ ਦਾ ਐਡਰੈਸ ਹੈ ਮੰਡੇ ਟੂ ਫਰਡੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਬਿਲਕੁਲ ਫ੍ਰਾਈ ਫਰੀ ਦਾ ਹੈ ਤੁਹਾਨੂੰ ਇਹ ਦਿੰਦੇ ਆ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇਮੀਗ੍ਰੇਸ਼ਨ ਦਾ ਮਸਲਾ ਹੈ ਤੁਹਾਨੂੰ ਕੋਈ ਕੁਝ ਕਹਿੰਦਾ ਐਮਨੇਸਟੀ ਹੋਣ ਵਾਲੀ ਹੈ ਜਾਂ ਹੁਣ ਵੀਜ਼ੇ ਖੁੱਲਣ ਵਾਲੇ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਗੱਲ ਤੁਸੀਂ ਸਿਰਫ ਟੈਲੀਫੋਨ ਚੁੱਕੋ ਉੱਥੇ ਫੋਨ ਕਰੋ ਅਰ ਵਕੀਲ ਸਾਹਿਬ ਕੋਲ ਪੁੱਛ ਲਓ ਕਿ ਜੀ ਐਸਸੀ ਸੁਣੀ ਹੈ ਅਸਲੀ ਹੈ ਕਿ ਨਹੀਂ ਹੈ ਕਿਉਂਕਿ ਤੁਸੀਂ ਪਤਾ ਹੈ ਅੱਜ ਕੱਲ ਫੇਕ ਨਿਊਜ਼ ਇਸ ਦਾ ਜ਼ਮਾਨਾ ਚੱਲ ਰਿਹਾ ਲੋਕ ਬੜਾ ਕੁਝ ਕਹਿੰਦੇ ਆ ਤੇ ਵਕੀਲ ਸਾਹਿਬ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਬਾਰੇ ਤੁਸੀਂ ਪਿਛਲੀ ਬਾਾਰ ਗੱਲ ਕਰ ਰਹੇ ਸੀਗੇ ਉਹ ਗੱਲ ਬਹੁਤ ਲੋਕਾਂ ਨੇ ਕੀਤੀ ਹੈ ਔਰ ਬਸ ਜਿੰਨਾ ਨੇ ਸੁਨੀਆਂ ਤੁਹਾਡੀਆਂ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਘੁਲਦੀਆਂ ਰਹੀਆਂ ਜੀ ਜੀ ਔਰ ਤੁਸੀਂ ਦੱਸ ਸਕੋਗੇ ਕਿ ਐਜ਼ ਅ ਵਕੀਲ ਤੁਸੀਂ ਡੋਮੈਸਟਿਕ ਵਾਇਲੈਂਸ ਦੇ ਵਿਕਟਿਮਸ ਦੀ ਕਿਵੇਂ ਮਦਦ ਕਰ ਸਕਦੇ ਹੋ ਜੀ ਵਕੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਲੋਕਾਂ ਦੇ ਵਿੱਚ ਰੀਸੈਂਟ ਜੋ ਸਾਡਾ ਐਕਸਪੀਰੀਅੰਸ ਹੈ ਡੋਮੈਸਟਿਕ ਵਾਇਲੈਂਸ ਸਪੈਸ਼ਲੀ ਜਿਹੜਾ ਲਾਸਟ ਵੀਕ ਅਸੀਂ ਸ਼ੋਅ ਕੀਤਾ ਉਸ ਤੋਂ ਬਾਅਦ ਜੋ ਮੈਨੂੰ ਕੁਝ ਗੱਲਾਂ ਪਤਾ ਲੱਗੀਆਂ ਨੇ ਉਹਨਾਂ ਦੇ ਵਿੱਚ ਇਹ ਹੈਗਾ ਕਿ ਲੋਕਾਂ ਦੇ ਵਿੱਚ ਇੱਕ ਡਰ ਹੈ ਕਿ ਜੇ ਮੈਂ ਰਿਪੋਰਟ ਕੀਤੀ ਪੁਲਿਸ ਸ਼ਾਇਦ ਮੇਰੀ ਮਦਦ ਨਹੀਂ ਕਰੇਗੀ ਡਾਕਟਰ ਕੁਸ਼ਾਇਦ ਮੇਰੀ ਮਦਦ ਨਹੀਂ ਕਰੇਗਾ ਜਾਂ ਜਿਹੜੀ ਅਥਾਰਟिटीज ਆ ਮੇਰੀ ਗੱਲ ਦਾ ਯਕੀਨ ਨਹੀਂ ਕਰਨਗੇ ਐਸਾ ਕੁਝ ਨਹੀਂ ਹੈ ਤੁਸੀਂ ਇੱਕ ਵਾਰੀ ਹਿੰਮਤ ਕਰਕੇ ਜੇ ਤੁਹਾਡੇ ਨਾਲ ਇਹ ਸਭ ਕੁਟਮਾਰ ਹੋ ਰਹੀ ਹੈ ਡੋਮੈਸਟਿਕ ਵਾਇਲੈਂਸ ਦੀ ਅਸੀਂ ਡੈਫੀਨੇਸ਼ਨ ਫੇਰ ਰਿਪੀਟ ਕਰ ਦਿੰਨੇ ਆ ਜੇ ਤੁਹਾਨੂੰ ਕੋਈ ਫਿਜ਼ੀਕਲੀ ਮੈਂਟਲੀ ਹਰਾਸ ਕਰ ਰਿਹਾ ਹੈ ਕੰਟਰੋਲ ਕਰ ਰਿਹਾ ਹੈ ਘਰ ਦੇ ਵਿੱਚ ਲੌਕ ਕਰਕੇ ਰੱਖਿਆ ਹੈ ਕੁੱਟਮਾਰ ਹੋ ਰਹੀ ਆ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਆ ਸਪੈਸ਼ਲੀ ਤੁਸੀਂ ਔਰਤਾਂ ਤੁਹਾਡਾ ਕੋਈ ਬੱਚਾ ਵੀ ਹੈ ਜੇ ਨਹੀਂ ਬੱਚਾ ਹੈ ਤਾਂ ਵੀ ਤੁਸੀਂ ਆਦਮੀ ਵੀ ਹੋ ਸਕਦੇ ਆ ਕੁਝ ਆਦਮੀ ਵੀ ਇਸ ਤਰ੍ਹਾਂ ਦੇ ਹੈ ਇਸ ਅੱਜਕੱਲ੍ਹ ਦੇ ਹਾਲਾਤਾਂ ਦੇ ਵਿੱਚ ਜਿਹੜੇ ਵਿਕਟਮਸ ਹੈਗੇ ਨੇ ਤਾਂ ਤੁਸੀਂ ਇੱਕ ਤਾਂ ਡਾਕਟਰ ਨੂੰ ਰਿਪੋਰਟ ਕਰੋ ਪੁਲਿਸ ਨੂੰ ਰਿਪੋਰਟ ਕਰੋ ਜੇ ਉਹ ਤੁਹਾਡੀ ਗੱਲ ਨਹੀਂ ਸੁਣ ਰਿਹਾ ਹੈ ਤਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ ਅਸੀਂ ਜਿਹੜੀਆਂ ਜਿਹੜੇ ਸਾਡੇ ਕੰਟੈਕਟ ਹੁੰਦੇ ਆ ਅੱਗੇ ਏਜੰਸੀਜ਼ ਦੇ ਨਾਲ ਈਵਨ ਜੇ ਤੁਸੀਂ ਕੱਚੇ ਆ ਪੱਕੇ ਨਹੀਂ ਹੈਗੇ ਟੈਂਪਰੇਰੀ ਵੀਜ਼ੇ ਦੇ ਆ ਤੁਸੀਂ ਐਜ਼ ਅ ਸਪਾਊਸ ਆਏ ਆ ਤਾਂ ਤੁਹਾਡੇ ਨਾਲ ਇਹ ਸਭ ਹੋ ਰਿਹਾ ਆ ਤਾਂ ਵੀ ਤੁਹਾਨੂੰ ਮਦਦ ਮਿਲੇਗੀ ਤੁਹਾਨੂੰ ਬੈਨੀਫਿਟ ਵੀ ਮਿਲਣਗੇ ਪਰ ਤੁਸੀਂ ਰਾਈਟ ਜਗ੍ਹਾ ਤੇ ਰਾਈਟ ਐਡਵਾਈਸ ਲੈਣੀ ਤੇ ਰਿਪੋਰਟ ਕਰਨਾ ਇਹ ਸਾਰੀ ਚੀਜ਼ਾਂ ਨੂੰ ਅੰਦਰੇ ਅੰਦਰ ਰੱਖਣ ਦੀ ਬਜਾਏ ਕਿਉਂਕਿ ਜਦੋਂ ਤੁਸੀਂ ਲੌਂਗ ਟਰਮ ਲਈ ਸਫਰ ਕਰਦੇ ਆ ਤਾਂ ਤੁਸੀਂ ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਤਾਂ ਉਸ ਤੋਂ ਬਾਅਦ ਫਿਰ ਤੁਹਾਡੀ ਕੋਈ ਲੁੱਕ ਆਫਟਰ ਨਹੀਂ ਕਰ ਸਕਦਾ ਭਾਵੇਂ ਤੁਸੀਂ ਉੱਥੋਂ ਨਿਕਲ ਵੀ ਜਾਓ ਡਿਪਰੈਸ਼ਨ ਵਰਗੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਬਹੁਤ ਲੰਮਾ ਟਾਈਮ ਲੱਗ ਜਾਂਦਾ ਬੇਸਿਕਲੀ ਤੁਹਾਡੀ ਲਾਈਫ ਖਰਾਬ ਹੋ ਜਾਂਦੀ ਹੈ ਯੈਸ ਤੁਹਾਨੂੰ ਕੋਈ ਕੰਮ ਨਹੀਂ ਦੇਵੇਗਾ ਜੇ ਤੁਹਾਡੀ ਹਿਸਟਰੀ ਦੇ ਵਿੱਚ ਲਿਖਿਆ ਕਿ ਮੈਡੀਕਲ ਹਿਸਟਰੀ ਸ਼ੋ ਕਰਦੀ ਹੈ ਕਿ ਯੂ ਆਰ ਡਿਪਰੈਸਡ ਔਰ ਯੂ ਯੂਜ਼ ਟੂ ਬੀ ਡਿਪਰੈਸਡ ਤੁਹਾਡੇ ਤੁਸੀਂ ਇਸ ਬਿਮਾਰੀ ਤੋਂ ਪੀੜਤ ਹੋ ਉਤੋਂ ਤੁਹਾਨੂੰ ਕੋਈ ਕੰਮ ਵੀ ਨਹੀਂ ਦੇਵੇਗਾ ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਲਈ ਆਪਣੀ ਪੂਰੀ ਲਾਈਫ ਡੈਮੇਜ ਕਰਨ ਤੋਂ ਬੈਟਰ ਹੈ ਤੁਸੀਂ ਇਹ ਸਟੱਪ ਲੋ ਰਿਪੋਰਟ ਕਰੋ ਇਹਨਾਂ ਚੀਜ਼ਾਂ ਨੂੰ ਅੰਦਰੇ-ਅੰਦਰ ਸਫਰ ਕਰਨਾ ਤੁਹਾਡੇ ਲਈ ਬਹੁਤ ਗਲਤ ਹੈ ਆਪਣੇ ਆਪ ਤੇ ਜ਼ੁਲਮ ਨਾ ਕਰੋ ਜਿਹੜਾ ਜ਼ੁਲਮ ਕਰਨ ਵਾਲਾ ਉਹ ਤਾਂ ਬੁਰਾ ਹੈ ਹੀ ਜਿਹੜਾ ਸਹਿਣ ਵਾਲਾ ਉਹ ਵੀ ਬੁਰਾ ਹੈ ਕਿਉਂਕਿ ਅਸੀਂ ਬੜਾਵਾ ਦੇ ਰਹੇ ਹਾਂ ਇਸ ਚੀਜ਼ ਨੂੰ ਠੀਕ ਜੀ ਜੇ ਤੁਹਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਗਲਤ ਹੋ ਰਿਹਾ ਹੈ ਤੁਸੀਂ ਤਾਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਰਿਪੋਰਟ ਕਰ ਸਕਦੇ ਹੋ ਤੁਸੀਂ ਪੁਲਿਸ ਨੂੰ ਵੀ ਰਿਪੋਰਟ ਕਰ ਸਕਦੇ ਹੋ ਮੋਸਟ ਕੇਸਸ ਦੇ ਵਿੱਚ ਮੈਂ ਦੇਖਿਆ ਅਨਲੈਸ ਇਟਸ ਵੈਰੀ ਸੀਰੀਅਸ ਕੇਸ ਪੁਲਿਸ ਵਾਲੇ ਸੀਰੀਅਸਲੀ ਨਹੀਂ ਰਹਿ ਰਹੇ ਜਿਹੜੀ ਕਿ ਗਲਤ ਗੱਲ ਹੈ ਪਰ ਜੇ ਪੁਲਿਸ ਹੈਲਪ ਨਹੀਂ ਕਰਦੀ ਹੋਰ ਏਜੰਸੀਜ਼ ਬਹੁਤ ਹੈਗੀਆਂ ਜਿਹੜੀਆਂ ਤੁਹਾਡਾ ਕੰਮ ਕਰਨਗੀਆਂ ਪੇਪਰ ਵਰਕ ਕਰਨਗੀਆਂ ਤੁਹਾਨੂੰ ਸ਼ੈਲਟਰ ਦੇ ਵਿੱਚ ਰੱਖਣਗੀਆਂ ਰੈਫਿਊਜੀ ਦੇ ਵਿੱਚ ਰੱਖਣਗੀਆਂ ਤੁਸੀਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਬਿਲਕੁਲ there's a lot of things uh, indian consulate can help rmc can help assi tuhanu agency de naal we will get you in touch with them assi tuhadi madad kar sakde ha ta please is tarah di je koi bhi gall hai tusi safar na karo ਤਨਿ ਜਾਣ ਕੇ ਖੁਸ਼ੀ ਹੋਗੀ ਕਿ ਡੈਲਸਨ ਸਲਿਸਟਰਸ ਵਾਲੇ ਬਹੁਤ ਜਲਦੀ ਹੀ ਇੱਕ ਡੋਮੈਸਟਿਕ ਵਾਇਲੈਂਸ ਦੇ ਵਿਕਟਿਮਸ ਵਾਸਤੇ ਹੈਲਪਲਾਈਨ ਟੈਲੀਫੋਨ ਨੰਬਰ ਵੀ ਖੋਲ ਰਹੇ ਹਨ ਜੀ ਦੇਖ ਨਾਲ ਸਮਾਜ ਦੇ ਪੀੜਿਤ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਹੋ ਸਕੇਗੀ ਵਕੀਲ ਸਾਹਿਬ ਇੰਡ리아 ਤੋਂ ਜੋ ਐਂਟਰੀ ਕਲੀਅਰੈਂਸ ਐਪਲੀਕੇਸ਼ਨਸ ਆ ਆਂਦੀਆਂ ਸੀ ਜੀ ਉਹ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਹਾਂ ਜੀ ਵੀ ਕੀ ਐਂਟਰੀ ਕਲੀਅਰੈਂਸ ਐਪਲੀਕੇਸ਼ਨ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਥੋੜਾ ਐਕਸਪਲੇਨ ਕਰਦਾ ਕੀ ਹੁੰਦੀਆਂ ਨੇ ਜੀ ਐਂਟਰੀ ਕਲੀਅਰੈਂਸ ਐਪਲੀਕੇਸ਼ਨ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਐਪਲੀਕੇਸ਼ਨ ਹੋ ਸਕਦੀ ਹੈ ਜਿਸ ਤਰ੍ਹਾਂ ਜੇ ਕਿਸ ਨੇ ਇੰਡੀਆ ਤੋਂ ਸਟੂਡੈਂਟ ਆਉਣਾ ਹੈ ਸਪਾਊਸ ਵੀਜ਼ੇ ਤੇ ਮੈਰਿਜ ਕਰਾ ਕੇ ਆਉਣਾ ਹੈ ਵਿਜ਼ਟਰ ਵੀਜ਼ੇ ਤੇ ਆਉਣਾ ਹੈ ਬਿਜ਼ਨਸ ਵੀਜ਼ੇ ਤੇ ਆਉਣਾ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਆਊਟ ਆਫ ਕੰਟਰੀ ਐਪਲੀਕੇਸ਼ਨ ਆ ਉਹਨੂੰ ਆਪਾਂ ਐਂਟਰੀ ਕਲੀਅਰੈਂਸ ਕਹਿ ਦਿੰਦੇ ਹਾਂ ਜੀ ਹਾਂਜੀ ਇਹ ਜਿਹੜੀ ਆਨਲਾਈਨ ਮੈਂ ਚੈੱਕ ਕੀਤਾ ਸੀ ਕੱਲ 6th ਜੁਲਾਈ ਨੂੰ 6 ਜੁਲਾਈ ਨੂੰ ਜਿਹੜੇ ਇੰਡੀਆ ਦੇ ਵਿੱਚ ਸੈਂਟਰ ਆ ਵੀਐਫਐਸ ਗਲੋਬਲ ਦੇ ਉਹ ਖੁੱਲ ਜਾਣਗੇ ਖੁੱਲ ਜਾਣਗੇ ਮਤਲਬ ਕਿ ਜਿਹੜੀਆਂ ਆਨਲਾਈਨ ਐਪਲੀਕੇਸ਼ਨ ਆਪਾਂ ਕਰਦੇ ਸੀ ਉਹਨਾਂ ਵਾਸਤੇ ਹੁਣ ਆਪਾਂ ਫਿੰਗਰਪ੍ਰਿੰਟਸ ਦੀ ਜਿਹੜੀ ਬੁਕਿੰਗ ਹੈ 6 ਜੁਲਾਈ ਤੋਂ ਬਾਅਦ ਬੁੱਕ ਕਰ ਸਕਦੇ ਠੀਕ ਹੈ ਤਾਂ ਲੋਕਾਂ ਦੇ ਜਿਹੜੇ ਫਿੰਗਰਪ੍ਰਿੰਟਸ ਆ ਕੁਝ ਸੈਂਟਰਾਂ ਦੇ ਨਾਮ ਹੈ ਦਿੱਲੀ ਦੇ ਵਿੱਚ ਸਿਰਫ ਇੱਕੋ ਹੀ ਸੈਂਟਰ ਆ ਜਿਹੜਾ ਖੁੱਲੇਗਾ ਸ਼ਿਵਾਜੀ ਮੈਟਰੋ ਸਟੇਡੀਅਮ ਸੈਂਟਰ ਆ ਜਿਹੜਾ ਆਈ نو ਵੈਟ ਇਜ਼ ਤਾਂ ਸਿਰਫ ਦਿੱਲੀ ਦੇ ਵਿੱਚ ਸਿਰਫ ਸ਼ਿਵਾਜੀ ਮੈਟਰੋ ਸਟੇਡੀਅਮ ਵਾਲਾ VFS ਗਲੋਬਲ ਦਾ ਆਫਿਸ ਖੁੱਲੇਗਾ ਬਾਕੀ ਜਲੰਧਰ ਚੰਡੀਗੜ੍ਹ ਵਾਲੇ ਜਿਹੜੇ ਆਫਿਸ ਹੈਗੇ ਆ ਇਹ ਖੁੱਲ ਜਾਣਗੇ ਕੋਲਕਾਤਾ ਦੇ ਵਿੱਚ ਖੁੱਲ ਜਾਏਗਾ ਮੁੰਬਈ ਦੇ ਵਿੱਚ ਖੁੱਲ ਜਾਏਗਾ ਤੇ ਕੋਚੀ ਤੇ ਚੰਡੀਗੜ੍ਹ ਜਲੰਧਰ ਇਹ ਜਿਹੜੇ ਆਫਿਸ ਆ ਵੀਐਫਐਸ ਗਲੋਬਲ ਦੇ ਜਿੱਥੇ ਫਿੰਗਰਪ੍ਰਿੰਟਸ ਹੁੰਦੇ ਆ ਉਹ 6 ਜੁਲਾਈ ਤੋਂ ਖੁੱਲਣ ਦੀ ਨਿਊਜ਼ ਹੈ ਵੇਰੀ ਨਾਈਟ ਸ਼ਿਵਾਜੀ ਸਟੇਡੀਅਮ ਦੇ ਪਾਸ ਨਵੀਂ ਦਿੱਲੀ ਮੇਕ ਨਾਟ ਪਲੇਸ ਦੀ ਬੱਸ ਪਕੜ ਕੇ ਜਾ ਸਕਦੇ ਆਬ ਯੂਕੇ ਸਟੂਡੈਂਟਸ ਇੰਡੀਆ ਤੋਂ ਆ ਸਕਦੇ ਆ ਕੋਵਿਡ 19 ਜਦੋਂ ਇਹ ਸਭ ਖੁੱਲੇਗਾ ਜੀ ਉਹ ਦੇਖਾ ਜੀ ਬਿਲਕੁਲ ਆ ਸਕਦੇ ਆ ਕਈ ਯੂਨੀਵਰਸਿਟੀਆਂ ਹੈਗੀਆਂ ਆ ਤੁਸੀਂ ਕਿਹੜੀ ਯੂਨੀਵਰਸਿਟੀ ਦਾ ਕੋਰਸ ਕਰਕੇ ਆਉਣਾ ਚਾਹੁੰਦੇ ਆ ਕਿਹੜਾ ਕੋਰਸ ਕਰਕੇ ਆਉਣਾ ਚਾਹੁੰਦੇ ਆ ਤੁਸੀਂ ਇਹ ਯੂਨੀਵਰਸਿਟੀ ਤੋਂ ਪਤਾ ਕਰੋ ਕਿਉਂਕਿ ਮੋਸਟ ਆਫ ਦੇ ਜਿਹੜੇ ਯੂਨੀਵਰਸਿਟੀਆਂ ਆ ਉਹਨਾਂ ਨੂੰ ਵੀ ਬਿਜ਼ਨਸ ਚਾਹੀਦਾ ਆ ਹਾਂਜੀ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਕੰਮ ਜਿਹੜੇ ਕੈਂਪੇਨ ਹੈਗੀ ਸ਼ੁਰੂ ਕਰ ਦਿੱਤੀ ਹੋਈ ਆ ਇੰਟਰਨੈਸ਼ਨਲ ਸਟੂਡੈਂਟਸ ਤੋਂ ਬਗੈਰ ਉਹਨਾਂ ਦਾ ਵੀ ਗੁਜ਼ਾਰਾ ਨਹੀਂ ਹੁੰਦਾ ਨਹੀਂ ਹੋ ਰਿਹਾ ਜੀ ਬਿਲਕੁਲ ਤਾਂ ਤੁਸੀਂ ਜੇ ਆਉਣਾ ਚਾਹੁੰਦੇ ਆ ਤਾਂ ਤੁਸੀਂ ਜ਼ਰੂਰ ਪਤਾ ਕਰ ਸਕਦੇ ਹੋ ਸਪਟੰਬਰ ਦੇ ਵਿੱਚ ਜਾਂ ਜਨਵਰੀ ਫਰਵਰੀ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਹੋਣੀਆਂ ਤੁਸੀਂ ਉਹਦੇ ਲਈ ਆਪਣੇ ਆਪ ਨੂੰ ਇਨਰੋਲ ਕਰਨ ਦੀ ਤਿਆਰੀ ਕਰ ਸਕਦੇ ਹੋ ਰਾਈਟ ਤੇ ਜਿਹੜੇ ਸਟੂਡੈਂਟ ਵੀਜ਼ਾ ਤੇ ਲੋਕ ਇੰਡੀਆ ਤੋਂ ਆਉਣਾ ਚਾਹੁੰਦਾ ਬੇਸਿਕਲੀ ਉਹਨਾਂ ਨੂੰ ਇੱਕ ਆਫਰ ਲੈਟਰ ਚਾਹੀਦਾ ਹੁੰਦਾ ਯੂਨੀਵਰਸਿਟੀ ਤੋਂ ਜੀ ਇਹ ਸ਼ੋਅ ਕਰਨਾ ਹੋਣਾ ਕਿ ਉਹ ਇੰਗਲਿਸ਼ ਬੋਲ ਸਕਦੇ ਪੜ੍ਹ ਸਕਦੇ ਤੇ ਰੀਡ ਕਰ ਸਕਦੇ ਠੀਕ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਪਤਾ ਕਰ ਸਕਦੇ ਹੋ ਯੂਨੀਵਰਸਿਟੀ ਨੂੰ ਈਮੇਲ ਪੇ ਕਰ ਸਕਦੇ ਹੋ ਆਫਰ ਲੈਟਰ ਲਈ ਉਹਨਾਂ ਨੂੰ ਪੁੱਛ ਸਕਦੇ ਹੋ ਪ੍ਰੋਸੀਜਰ ਕੀ ਹੈਗਾ ਤੇ ਕੁਝ ਯੂਨੀਵਰਸਿਟੀਆਂ ਦੇ ਵਿੱਚ ਇਹ ਵੀ ਹੈ ਕਿ ਕੋਵਿਡ ਕਰਕੇ ਜੇ ਕੋਈ ਰੈਸਟ੍ਰਿਕਸ਼ਨ ਹੁੰਦੀ ਆ ਉਹ ਤੁਹਾਡੇ ਤੋਂ ਪੈਸੇ ਲੈ ਲੈਂਦੇ ਐਡਮਿਸ਼ਨ ਦੇ ਦਿੰਦੇ ਆ ਪਰ ਤੁਸੀਂ ਯੂਕੇ ਦੇ ਵਿੱਚ ਜੇ ਤੁਹਾਡੀ ਐਂਟਰੀ ਇਨ ਟਾਈਮ ਨਹੀਂ ਹੁੰਦੀ ਤਾਂ ਤੁਸੀਂ ਬਲੈਂਡਡ ਪੜਾਈ ਵੀ ਕਰ ਸਕਦੇ ਹੋ ਜਾਂ ਡਿਸਟੈਂਸ ਡਿਸਟੈਂਸ ਲਰਨਿੰਗ ਜਿਹਨੂੰ ਕਹਿੰਦੇ ਉਹ ਵੀ ਤੁਸੀਂ ਕਰ ਸਕਦੇ ਠੀਕ ਹੈ ਜੀ ਠੀਕ ਹੈ ਹਾਂ ਜੀ ਤਾਂ ਉਹ ਇਸ ਕਰਕੇ ਤੁਸੀਂ ਇਹ ਨਾ ਸੋਚੋ ਕਿ ਅਸੀਂ ਆ ਹੀ ਨਹੀਂ ਸਕਦੇ ਜਾਂ ਹੁਣ ਯੂਕੇ ਯੂਨੀਵਰਸਿਟੀ ਸਟੂਡੈਂਟਸ ਨੂੰ ਲੈਣਗੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੋਚਣ ਵਾਲੀ ਗੱਲ ਨਹੀਂ ਸਕਾਈ ਚੈਨਲ 769 ਤੇ ਸੰਦੇ ਟੈਲੀਵਿਜ਼ਨ ਦੇਖਦੇ ਦਲਸਨ ਸਲਿਸਟਰ ਦਾ ਸਪੈਸ਼ਲ ਪ੍ਰੋਗਰਾਮ ਚੱਲ ਰਿਹਾ ਹੈ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੈ ਆਰ ਤੁਹਾਨੂੰ ਇਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਦੀ ਫੈਮਿਲੀ ਲਾ और बाकी कानून की कोई भी प्रॉब्लम है वो दी मदद चाहिए होगत टेलीविजन का जो मेन टेलीफोन नंबर है रिसैपन वाला वो दे फोन करके अपना नाम और टेलीफोन नंबर छड़ सकते हो बहुत सारे लोग सही नंबर नाम अपना नहीं दसते लेकिन जो ना तो दसया है वो ना कम से कम याद रखना क्योंकि जो दलजीत जी हैं वो तो वापस टेलीफोन करके तो प्रॉब्लम तो अलावा एक वट्सअप का नंबर भी दिता गया है उस नंबर पर भी टेलीफोन कर सकते हो या फिर अपना मैसेज छड़ डेफिनेट ਜੀ ਦਜੀ ਤੁਹਾਨੂੰ ਵਾਪਸ ਟੈਲੀਫੋਨ ਕਰਨਗੇ ਇਹ ਜੋ ਪ੍ਰੋਗਰਾਮ ਹੈ ਇਹ ਫੇਸਬੁਕ ਤੇ ਵੀ ਹੋਏਗਾ ਜਦੋਂ ਹੀ ਤੁਹਾਡੇ ਫੇਸਬੁਕ ਤੇ ਆਵੇ ਇਸ ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਇਹ ਪਬਲਿਕ ਅਵੇਅਰਨੈਸ ਵਾਸਤੇ ਔਰ ਇਨਫੋਰਮੇਸ਼ਨ ਵਾਸਤੇ ਪ੍ਰੋਗਰਾਮ ਹੈ ਕੋਈ ਐਂਟਰਟੇਨਮੈਂਟ ਵਾਲਾ ਪ੍ਰੋਗਰਾਮ ਤੋਂ ਹੈ ਨਹੀਂ ਹੈ ਇਸ ਕਰਕੇ ਹਾਂ ਜੀ ਇੱਕ 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 ਗੱਲ ਮੈਂ ਇੱਥੇ ਜਿਹੜੀ ਤੁਸੀਂ ਕਿਹਾ ਨਾ ਐਂਟਰਟੇਨਮੈਂਟ ਵਾਸਤੇ ਨਹੀਂ ਹੈ ਮੈਂ ਇਹ ਐਡ ਕਰ ਦੇਣਾ ਚਾਹਣੀ ਸਾਡੇ ਦਰਸ਼ਕਾਂ ਲਈ ਜਿਹੜੀ ਡੋਮੈਸਟਿਕ ਵਾਇਲੈਂਸ ਦੀ ਅਸੀਂ ਗੱਲ ਕਰਦੇ ਹਾਂ ਨਾ ਇਹਦੇ ਵਿੱਚੋਂ ਸਾਨੂੰ ਕੋਈ ਬਿਜ਼ਨਸ ਨਹੀਂ ਮਿਲਣਾ ਤੇ ਨਾ ਹੀ ਅਸੀਂ ਇਸ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਆ ਕਿ ਲੋਕਾਂ ਦੇ ਘਰ ਖਰਾਬ ਹੋਣ ਤੁਸੀਂ ਆਪਣਾ ਘਰ ਉਦੋਂ ਹੀ ਛੱਡੋ ਜੇ ਤੁਹਾਨੂੰ ਲੱਗਦਾ ਆ ਕਿ ਤੁਹਾਡੀ ਲਾਈਫ ਜਿਹੜੀ ਉਹ ਇੱਥੇ ਸੇਫ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਘਰ ਛੱਡਦੇ ਆ ਕਿਸੇ ਵਜ੍ਹਾ ਕਰਕੇ ਜਾਂ ਤੁਸੀਂ ਸਫਰ ਕੀਤਾ ਆ ਬਹੁਤ ਤੁਹਾਡੀ ਮਜਬੂਰੀ ਆ ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਪਰ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਆ ਇਹਨਾਂ ਦੇ ਵਿੱਚ ਅਸੀਂ ਕੋਈ ਪੈਸਾ ਚਾਰਜ ਨਹੀਂ ਕਰਦੇ ਤੇ ਨਾ ਹੀ ਸਾਨੂੰ ਕੋਈ ਇਹਦੇ ਚ ਕਮਾਈ ਹੁੰਦੀ। ਅਸੀਂ ਸਿਰਫ ਇਸ ਲਈ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਆ ਇਸ ਲਈ ਹੈਲਪਲਾਈਨ ਕਿਉਂਕਿ ਮੇਰੇ ਐਕਸਪੀਰੀਅੰਸ ਤੋਂ ਮੈਨੂੰ ਲੱਗਦਾ ਕਿ ਬਹੁਤ ਲੋਕ ਇਸ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਦੇ ਵਿੱਚ ਹੈ ਜਿਨ੍ਹਾਂ ਨੂੰ ਆਪਾਂ ਮਦਦ ਕਰ ਸਕਦੇ ਆ। ਬਿਲਕੁਲ ਸਿਰਫ ਅਸੀਂ ਉਹਨਾਂ ਨੂੰ ਰਾਈਟ ਡਾਇਰੈਕਸ਼ਨ ਦੇ ਵਿੱਚ ਗਾਈਡ ਕਰਨਾ ਹੈ। ਐਬਸੋਲੂਟਲੀ ਜੇ ਤੁਸੀਂ ਕਿਸੇ ਵੀ ਕਮਿਊਨਿਟੀ ਦੇ ਨਾਲ ਤਾਲੁਕ ਰੱਖਦੇ ਹੋ ਇੰਡੀਅਨ ਪਾਕਿਸਤਾਨੀ ਕੋਈ ਵੀ ਪ੍ਰੋਬਲਮ ਹੋਵੇ ਡਲਸਨ ਸਿਲੈਸਟਰ ਹਮੇਸ਼ਾ 24/7 ਤੁਹਾਡੇ ਨਾਲ ਹੈ ਹੋਰ ਤਾਂ ਕੀ ਚਾਹੀਦਾ ਯੂਕੇ ਗਵਰਨਮੈਂਟ ਨੇ ਜੀ ਇੱਕ ਗ੍ਰੈਜੂਏਟ ਪ੍ਰੋਗਰਾਮ ਸ਼ੁਰੂ ਕੀਤਾ ਹੈ ਜੀ ਔਰ ਫੋਰਨ ਸਟੂਡੈਂਟਸ ਵਾਸਤੇ ਕਹਿੰਦੇ ਉਹ ਕੀਤਾ ਗਿਆ ਹੈ ਉਹ ਕੀ ਹੈ ਵਿਕੀ ਇਹ ਹੈ ਯੂਕੇ ਬੋਰਡਰ ਏਜੰਸੀ ਜਿਹਨੂੰ ਆਪਾਂ ਹੋਮ ਆਫਿਸ ਵੀ ਕਹਿੰਦੇ ਆ ਇਹ ਪ੍ਰੋਗਰਾਮ ਨੂੰ ਗ੍ਰੈਜੂਏਸ਼ਨ ਪ੍ਰੋਗਰਾਮ ਕਿਹਾ ਜਾਂਦਾ ਹੈ ਉਹ ਇਹ ਹੈਗਾ ਕਿ ਅਪ੍ਰੈਲ 2021 ਦੇ ਵਿੱਚ ਜਿਹੜੇ ਸਟੂਡੈਂਟ ਯੂਕੇ ਦੇ ਵਿੱਚ ਆਉਣਗੇ ਜੀ ਗ੍ਰੈਜੂਏਸ਼ਨ ਲਈ ਜੀ ਜੇ ਉਹ ਗ੍ਰੈਜੂਏਸ਼ਨ ਦੀ ਡਿਗਰੀ ਯੂਕੇ ਤੋਂ ਕਰਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ 2 ਇਅਰਸ ਦਾ ਜਿਹੜਾ ਆ ਪੋਸਟ ਸਟੱਡੀ ਵਰਕ ਦਿੱਤਾ ਜਾਏਗਾ ਪੋਸਟ ਸਟੱਡੀ ਵਰਕ ਹਾਂਜੀ ਯਾਨੀ ਕਿ ਉਹਨਾਂ ਨੂੰ 2 ਸਾਲ ਇੱਥੇ ਕੰਮ ਕਰਨ ਦੀ ਪਰਮਿਸ਼ਨ ਮਿਲ ਜਿਹੜਾ ਕਿ ਪਹਿਲਾਂ ਕਾਫੀ ਦੇਰ ਤੋਂ ਸਟੂਡੈਂਟਸ ਜਿਹੜੇ ਇੱਥੇ ਆ ਜਾਂਦੇ ਆ ਮੋਸਟਲੀ ਉਹ ਜਾਂ ਤਾਂ ਇਲੀਗਲ ਹੋ ਜਾਂਦੇ ਆ ਤਾਂ ਉਹਨਾਂ ਦਾ ਲਈ ਇਸ ਤਰ੍ਹਾਂ ਦਾ ਕੰਮ ਕਰਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ ਸੀ ਪਰ ਇਹ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਹੈ ਪਹਿਲੀ ਵਾਰੀ ਇਹਨਾਂ ਨੇ ਇੰਟਰੋਡਿਊਸ ਕੀਤਾ ਆ ਮੇਬੀ ਇਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਟਰੈਕਟ ਕਰਨ ਲਈ ਆ ਕਿਉਂਕਿ ਹੁਣ ਇਸ ਇੰਗਲੈਂਡ ਦੀ ਰੈਪਿਊਟੇਸ਼ਨ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਜਿਹੜੇ ਇੱਥੇ ਸਟੂਡੈਂਟ ਆਉਂਦੇ ਆ ਮੋਸਟਲੀ ਉਹ ਜਾਂ ਇੱਥੇ ਵਿਆਹ ਕਰਾ ਕੇ ਪੱਕੇ ਹੁੰਦੇ ਆ ਜਾਂ ਬੱਚੇ ਪੈਦਾ ਕਰਕੇ ਆਦਰਵਾਈਜ਼ ਉਹਨਾਂ ਦਾ ਕੋਈ ਸਟੇਟਸ ਨਹੀਂ ਰਹਿੰਦਾ ਤਾਂ ਮੇਬੀ ਇਹਨਾਂ ਨੇ ਆਪਣੀ ਇਮੇਜ ਚੇਂਜ ਕਰਨ ਲਈ ਔਰ ਮੋਰ ਸਟੂਡੈਂਟਸ ਅਟਰੈਕਟ ਕਰਨ ਲਈ ਕੁਝ ਵੀ ਹੋ ਸਕਦਾ ਪਰ ਇਹ ਗ੍ਰੈਜੂਏਸ਼ਨ ਪ੍ਰੋਗਰਾਮ ਹੈ ਇਹ ਸਾਡੇ ਲੋਕਾਂ ਲਈ ਇੱਕ ਗੁੱਡ ਨਿਊਜ਼ ਹੈ ਤਾਂ ਕਿ ਉਹ ਦੋ ਸਾਲ ਕੰਮ ਕਰਕੇ ਜਿਹੜਾ ਉਹਨਾਂ ਨੇ ਖਰਚਾ ਕੀਤਾ ਹੁੰਦਾ ਐਟ ਲੀਸਟ ਉਹ ਕੱਢ ਸਕਦੇ ਕੱਢ ਸਕਦੇ ਸਹੀ ਐਂਡ ਡਿਊਰਿੰਗ ਦਾ ਕੋਰਸ ਜੀ ਵਿਲ ਦੇ ਗੇਟ ਟੂ ਵਰਕਿੰਗ ਆ ਜੀ 20 ਆਵਰਸ ਐਵਰੀ ਸਟੂਡੈਂਟ ਜਿਹੜਾ ਹੁੰਦਾ ਆ ਜਿਹੜਾ ਆਉਂਦਾ ਯੂਕੇ 20 ਆਵਰਸ ਅ ਵੀਕ ਉਹਨੂੰ ਕੰਮ ਕਰਨ ਦੀ ਇਜਾਜ਼ਤ ਹੁੰਦੀ ਆ ਤਾਂ ਕੋਵਿਡ ਕਰਕੇ ਜੇ ਤੁਹਾਡੀ ਸਟੱਡੀਜ਼ ਜਿਹੜੀ ਹੈਗੀ ਆ ਉਹ ਸਸਪੈਂਡ ਕੀਤੀ ਗਈ ਆ ਤਾਂ ਤੁਸੀਂ 40 ਆਵਰਸ ਵੀ ਕੰਮ ਕਰ ਸਕਦੇ ਬੈਸਟ ਰਾਈਟ ਅੱਛਾ ਜੀ ਬਿਜ਼ਨਸ ਵੀਜ਼ਾ ਕੀ ਆ ਹੈ ਅਰ ਕੌਣ ਲੋਕ ਐਸੇ ਹੈ ਜੋ ਕਿ ਉਹਨੂੰ ਅਪਲਾਈ ਕਰ ਸਕਦੇ ਜੀ ਬਿਜ਼ਨਸ ਵੀਜ਼ਾ ਇਹ ਵੀ ਕਿ ਆਊਟ ਆਫ ਕੰਟਰੀ ਕਿਸੇ ਵੀ ਕੰਟਰੀ ਤੋਂ ਇੰਡੀਆ ਪਾਕਿਸਤਾਨ ਐਨੀ ਕੰਟਰੀ ਤੋਂ ਕੋਈ ਵੀ ਜਿਹੜੇ ਨਾਨ ਯੂਰੋਪੀਅਨ ਕੰਟਰੀਜ਼ ਹੈ ਜੀ ਉਹ ਉਹ ਉਹਨਾਂ ਦੇ ਜਿਹੜੇ ਲੋਕ ਆ ਉਹਨਾਂ ਕੰਟਰੀਆਂ ਦੇ ਉਹ ਬਿਜ਼ਨਸ ਵੀਜ਼ੇ ਲਈ ਯੂਕੇ ਆ ਸਕਦੇ ਅੱਛਾ ਜੀ ਇਹਦਾ ਇਹਦਾ ਜਿਹੜਾ ਪ੍ਰੋਸੀਜਰ ਹੈਗਾ ਕਾਫੀ ਕੰਪਲਿਕੇਟਿਡ ਹੈ ਦਰਸ਼ਕਾਂ ਨੇ ਏਦਾਂ ਸਮਝਣਾ ਇੰਪੋਸੀਬਲ ਨਹੀਂ ਹੋਊਗਾ ਸਾਰਿਆਂ ਲਈ ਪਰ ਤੁਸੀਂ ਕਰ ਦਿੰਦੇ ਨਾ ਐਪਲੀਕੇਸ਼ਨ ਜੀ ਅਸੀਂ ਕਰਦੇ ਆ ਪਰ ਇਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ ਤੁਹਾਡੇ ਕੋਲ ਕੋਈ ਨਵਾਂ ਬਿਜ਼ਨਸ ਆਈਡੀਆ ਹੋਣਾ ਚਾਹੀਦਾ ਜੀ ਕਿ ਅਸੀਂ ਯੂਕੇ ਆ ਕੇ ਬਿਜ਼ਨਸ ਖੋਲਣਾ ਚਾਹੁੰਦੇ ਠੀਕ ਹੈ ਜੀ ਤਾਂ ਉੱਥੇ ਜਿਹੜੀ ਬਿਜ਼ਨਸ ਲਈ ਇਨਵੈਸਟਮੈਂਟ ਹੈ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਆ ਜੀ ਪਲੱਸ ਜਿਹੜੀ ਹੈਗਾ ਤੁਹਾਡੇ ਕੋਲ ਕਿੰਨੇ ਪੈਸੇ वैसे भी कि इट डिपेंड करदा ਤੁਸੀਂ ਕੀ ਇਨਵੈਸਟ ਕਰ ਸਕਦਾ بزਨਸ ਆਈਡੀਆ ਕੀ ਹੈ ਤੁਹਾਡਾ ਆਈਡੀਆ ਠੀਕ ਹੈ ਜੀ ਹਾਂਜੀ ਪਰ ਇਟ ਵਿਲ ਬੀ ਲੋਟ ਆਫ ਮਨੀ ਕਾਫੀ ਪੈਸੇ ਤੁਹਾਨੂੰ ਖਰਚ ਕਰਨੇ ਪੈਣੇ ਆਬਵੀਅਸਲੀ ਜੇ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਆਲਰੇਡੀ ਸਟੈਬਲਿਸ਼ਡ بزਨਸ ਹੈਗਾ ਤਾਂ ਤੁਸੀਂ ਅਫੋਰਡ ਕਰ ਸਕਦੇ ਆ ਆਬਵੀਅਸਲੀ ਠੀਕ ਹੈ ਜੀ ਤਾਂ ਆਬਵੀਅਸਲੀ ਜੇ ਕਿਸੇ ਨੇ ਡਿਟੇਲ ਦੇ ਵਿੱਚ ਡਿਸਕਸ ਕਰਨਾ ਤਾਂ ਉਹ ਸਾਨੂੰ ਕੰਟੈਕਟ ਕਰ ਸਕਦਾ ਦਰਸਨ ਸਲੇਸ਼ਰ ਕੰਟੈਕਟ ਰਾਈਟ ਐਕਸਕਿਊਜ਼ ਫਾਰ ਐਗਜ਼ਾਮਪਲ ਆਮ ਅ ਬਿਜ਼ਨਸਮੈਨ ਇਨ ਇੰਡੀਆ ਮੈਂ ਸ਼ੁਰੂ ਕਰਨਾ ਹੈ ਕੰਮ ਹੁਣ ਪ੍ਰਮਾਤਮਾ ਕੋਲੋਂ ੜ ਕੇ ਕਹਿੰਦੇ ਹਨ ਲਾ ਨਾਉਜ਼ੂ ਬਿੱਲਲਾ ਤਾਂ ਇਹਦਾ ਪ੍ਰੋਗਰਾਮ ਸਾਰੀ ਦੁਨੀਆ ਚ ਲੋਕ ਦੇਖਦੇ ਇੰਡੀਆਚ ਵੀ ਦੇਖਦੇ ਇੱਕ ਇੰਡੀਅਨ ਬਿਜ਼ਨਸਮੈਨ ਹੈ ਉਹ ਇੱਥੇ ਆਣਾ ਚਾਹੁੰਦਾ ਹੈ ਅਰ ਉਹ ਬਿਜ਼ਨਸ ਵੀਜ਼ਾ ਦੇ ਥਰੂ ਆਣਾ ਚਾਹੁੰਦਾ ਹੈ ਤਾਂ ਵਾਟ ਸ਼ੁਡ ਬੀ ਹਿਸ ਫਰਸਟ ਸਟੈਪ ਹਿਸ ਸ਼ੁੱਪਸਟ ਸਟੈਪ ਸ਼ੁੱਡ ਬੀ ਅ ਸਟਾਰਟਅਪ ਵੀਜ਼ਾ ਇਹਨੂੰ ਕਹਿੰਦੇ ਹੈ ਸਟ੍ਰੈਟਜੀ ਸਟਾਰਟਅਪ ਬਿਜ਼ਨਸ ਵੀਜ਼ਾ ਹੁੰਦਾ ਹੈ 2 ਸਾਲ ਦਾ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਜੀ ਉਹਦੇ ਵਾਸਤੇ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ B2 ਇੰਗਲਿਸ਼ ਦਾ ਐਗਜ਼ਾਮ ਤੁਸੀਂ ਪਾਸ ਕੀਤਾ ਹੋਵੇ ਯੂ ਕੈਨ ਸਪੀਕ ਰਾਈਟ ਰੀਡ ਇੰਗਲਿਸ਼ ਜਾਂ ਤੁਹਾਡੀ ਕੋਈ ਹਾਇਰ ਡਿਗਰੀ ਦੇ ਵਿੱਚ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਜੀ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਬਿਜ਼ਨਸ ਆਈਡੀਆ ਵਗੈਰਾ ਆਪਣਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਵੈਲਿਡ ਪਾਸਪੋਰਟ ਹੋਣਾ ਚਾਹੀਦਾ ਤੇ ਆਪਣੇ ਆਪ ਨੂੰ ਮੇਨਟੇਨ ਕਰਨ ਲਈ ਯੂਕੇ ਦੇ ਵਿੱਚ ਤਕਰੀਬਨ 945 ਪਰ ਮੰਥ ਜਿਹੜਾ ਹੈ ਤੁਹਾਡੇ ਕੋਲ ਖਰਚਾ ਹੋਣਾ ਚਾਹੀਦਾ ਕਿ ਤਾਂ ਕਿ ਆਪਣੇ ਆਪ ਨੂੰ ਤੁਸੀਂ ਸਪੋਰਟ ਕਰ ਸਕੋ ਟੂ ਸ਼ੋ ਕਿ ਤੁਸੀਂ ਇੱਥੇ ਆ ਕੇ ਪਬਲਿਕ ਫੰਡਸ ਤੇ ਡਿਪੈਂਡੈਂਟ ਨਹੀਂ ਹੋਗੇ ਯੈਸ ਸੋ ਯੂ ਨੀਡ ਟੂ ਹੈਵ ਦ ਮਨੀ ਇਨ ਯੂਅਰ ਅਕਾਊਂਟ ਫੋਰ ਲਾਸਟ 3 ਮੰਥਸ 90 ਦਿਨਾਂ ਤੋਂ ਉਹ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ 945 ਪਾਉਂਡ ਪਰ ਮੰਥ ਠੀਕ ਹੈ ਜੀ ਤਾਂ ਜੇ ਤੁਸੀਂ ਆਪਣੀ ਵਾਈਫ ਜਾਂ ਅੰਡਰ 18 ਬੱਚਾ ਨਾਲ ਲੈਣਾ ਚਾਹੁੰਦੇ ਹੋ ਉਹਨਾਂ ਲਈ ਐਡੀਸ਼ਨਲ ਅਮਾਉਂਟ ਪੈਸਿਆਂ ਦੀ ਸ਼ੋਅ ਕਰਕੇ ਉਹਨਾਂ ਨੂੰ ਵੀ ਤੁਸੀਂ ਨਾਲ ਲਿਆ ਸਕਦੇ ਤਾਂ ਇਹ ਬੈਟਰ ਆਪਸ਼ਨ ਹੈ ਇਹ ਹੋਊਗਾ ਤੁਹਾਡੇ ਲਈ ਤੁਸੀਂ ਸਟਾਰਟ ਅਪ ਵੀਜ਼ਾ ਲੈ ਕੇ 2 ਸਾਲਾਂ ਦਾ ਯੂਕੇ ਚ ਆਓ ਇੱਥੇ ਆ ਕੇ ਬਿਜ਼ਨਸ ਆਈਡੀਆ ਆਪਣਾ ਸਟੈਬਲਿਸ਼ ਕਰੋ ਇੱਥੇ ਆ ਕੇ ਇਨ ਕੰਟਰੀ ਸਵਿਚ ਐਟ ਦ ਮੋਮੈਂਟ ਤੁਸੀਂ ਕਰ ਸਕਦੇ ਹੋ ਜੀ ਯੂ ਕੈਨ ਚੇਂਜ ਟੂ ਅ ਪਰਮਨੈਂਟ ਵਨ ਨੈਕਸਟ ਵਨ ਐਂਡ ਦੈਨ ਇਫ ਜੇ ਤੁਹਾਨੂੰ ਨਹੀਂ ਪਸੰਦ ਆਉਂਦਾ ਤਾਂ ਤੁਸੀਂ ਵਾਪਸ ਚਲੇ ਜਾਓ ਦੈਟਸ ਰਾਈਟ ਹਾਂ ਜੀ ਉੱਥੇ ਇੱਕ ਰੁਪਿਆ ਕਮਾਉਗੇ ਤੇ ਪாயਿੰਟ ਕਮਾਉਗੇ ਦੇਖ ਲਓ ਡੈਲਸਨ ਨਾਲੇ ਹੁਣ ਮੇਰੇ ਖਿਆਲ ਦੇ ਵਿੱਚ ਲੋਕਾਂ ਦੀ ਜਿਹੜੀ ਲੋਕਾਂ ਦਾ ਜਿਹੜਾ ਚੁਕਾਓ ਹੈਗਾ ਲੋਕਾਂ ਦਾ ਇਹ ਟ੍ਰੈਂਡ ਬਣ ਰਿਹਾ ਕਿ ਇੰਡੀਆ ਦੇ ਵਿੱਚ ਹਾਲਾਤ ਥੋੜੇ ਜਿਹਾ ਅਪ ਡਾਊਨ ਹੋਏ ਹੋਏ ਕਾਫੀ ਜ਼ਿਆਦਾ ਤਾਂ ਇੱਕ ਤਾਂ ਕੋਵਿਡ ਕਰਕੇ ਕਾਫੀ ਖਰਾਬ ਆ bizness ਤਾਂ ਬੰਦ ਹੋ ਰਿਹਾ ਉੱਥੇ ਜੀ ਤਾਂ ਸ਼ਾਇਦ ਲੋਕਾਂ ਨੂੰ ਇਸ ਗੱਲ ਦੀ ਬਰੀ ਆ ਤਾਂ ਕਾਫੀ ਲੋਕ ਮੂਵ ਹੋਣਾ ਚਾਹੁੰਦੇ ਐ ਐਬਸੋਲੂਟਲੀ ਜੀ ਜਦ ਲੋਕਾਂ ਦੇ ਮੂਵ ਹੋਣ ਦੀ ਗੱਲ ਆਂਦੀ ਹੈ ਦਾ ਵਿਨਰੇਸ਼ ਪਾਲਿਸੀ ਦਾ ਖਿਆਲ ਨਾ ਲਿਆ ਜਾਂਦਾ ਜੀ ਇੱਕ ਵਾਰ ਫਿਰ ਪਲੀਜ਼ ਐਕਸਪਲੇਨ ਕਰੋ ਕਿ ਵਿਨਰੇਸ਼ ਪਾਲਿਸੀ ਕੀ ਹੈ ਔਰ ਕੌਣ ਲੋਕ ਵਿਨਰੇਸ਼ ਪਾਲਿਸੀ ਦਾ ਫਾਇਦਾ ਉਠਾ ਸਕਦੇ ਆ ਜੀ ਵਿਨਰੇਸ਼ ਪਾਲਿਸੀ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆ ਵਿਕੀ ਜਿਹੜਾ ਇਹਦਾ ਐਡਵਾਂਟੇਜ ਲੈ ਸਕਦੇ ਆ ਪਹਿਲੇ ਉਹ ਹੈਗੇ ਆ ਜਿਹੜੇ 1st ਆਫ ਜਨਵਰੀ 1973 1 ਜਨਵਰੀ 1973 ਤੋਂ ਪਹਿਲਾਂ ਆ ਕੇ ਯੂਕੇ ਦੇ ਵਿੱਚ ਸੈਟਲ ਹੋਏ ਆ ਠੀਕ ਹੈ ਜੀ ਉਹ ਲੋਕ ਬ੍ਰਿਟਿਸ਼ ਨੈਸ਼ਨੈਲਿਟੀ ਫ੍ਰੀ ਲੈ ਸਕਦੇ ਆ ਠੀਕ ਹੈ ਉਹ ਫ੍ਰੀ ਬ੍ਰਿਟਿਸ਼ ਨੈਸ਼ਨੈਲਿਟੀ ਕਲੇਮ ਕਰ ਸਕਦਾ ਕੋਈ ਵੀ ਫੀਸ ਨਹੀਂ ਲੱਗਦੀ ਸਿਰਫ ਵਿੰਡਰਸ਼ ਪਾਲਸੀ ਦਾ ਜਿਹੜਾ ਫਾਰਮ ਆ ਤੁਸੀਂ ਅਪਲੋਡ ਕਰਕੇ ਭਰ ਕੇ ਨਾਲ ਆਪਣੇ ਡਾਕੂਮੈਂਟਸ ਭੇਜ ਦਿਓ ਫ੍ਰੀ ਪੋਸਟ ਹੈ ਕੋਈ ਪੋਸਟੇਜ ਦੀ ਫੀਸ ਨਹੀਂ ਲੱਗਦੀ ਠੀਕ ਹੈ ਜੀ ਦੂਸਰੇ ਇਹਦੇ ਵਿੱਚ ਉਹ ਲੋਕ ਆ ਜਿਨ੍ਹਾਂ ਕੋਲੇ 4 4 5 5 ਇੰਡੀਅਨ ਪਾਸਪੋਰਟ ਆ ਪਰ ਜਿਹੜੀ ਸਟੈਂਪ ਆ ਪੁਰਾਣੇ ਪਾਸਪੋਰਟ ਤੇ ਲੱਗੀ ਹੋਈ ਹੈ ਨਵੇਂ ਪਾਸਪੋਰਟ ਤੇ ਕਿਸੇ ਵੀ ਤਰ੍ਹਾਂ ਦੀ ਨੋਟੀਫਿਕੇਸ਼ਨ ਜਾਂ ਸਟੈਂਪ ਨਹੀਂ ਲੱਗੀ ਹੋਈ ਕਿ ਉਹ ਜੁਕੇ ਦੇ ਪਰਮਨੈਂਟ ਰੈਜ਼ੀਡੈਂਸ ਹੈਗੇ ਜੀ ਤਾਂ ਉਹ ਲੋਕਾਂ ਦੀ ਸ਼ਰਤ ਇਹ ਆ ਕਿ ਉਹ ਲੋਕ 31 ਦਸੰਬਰ 1988 ਜਾਨੀ ਕਿ 31 ਦਸੰਬਰ 1988 ਤੋਂ ਪਹਿਲਾਂ ਯੂਕੇ ਦੇ ਵਿੱਚ ਆਏ ਹੋਣੇ ਚਾਹੀਦੇ ਆ ਜੀ ਤਾਂ ਫਿਰ ਉਹ ਫ੍ਰੀ BRP ਕਾਰਡ ਕਲੇਮ ਕਰ ਸਕਦੇ ਆ BRP ਕਾਰਡ ਇੱਕ ਕਾਰਡ ਹੁੰਦਾ ਜਿਹਦੇ ਤੇ ਸੈਟਲਮੈਂਟ ਵੀਜ਼ਾ ਤੁਹਾਨੂੰ ਮਿਲਦਾ ਹੈ ਜੀ ਤੇ ਜਦੋਂ ਸੈਟਲਮੈਂਟ ਵੀਜ਼ੇ ਦੀ ਆਪਾਂ ਗੱਲ ਕਰਦੇ ਆ ਤਾਂ ਇਹ ਉਹਨਾਂ ਲੋਕਾਂ ਨੂੰ ਫ੍ਰੀ ਮਿਲਦਾ ਜਿਹੜੇ 31 ਦਸੰਬਰ 1988 ਤੋਂ ਪਹਿਲਾਂ ਯੂਕੇ ਦੇ ਵਿੱਚ ਆਏ ਜੀ ਠੀਕ ਹੈ ਤਾਂ ਜਦੋਂ ਆਪਾਂ ਬੀਆਰਪੀ ਕਾਰਡ ਦੇ ਸੈਟਲਮੈਂਟ ਦੀ ਗੱਲ ਕਰਦੇ ਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਜਿਹੜੇ ਹੁਣ ਸੈਟਲਮੈਂਟ ਕਾਰਡ ਮਿਲ ਰਿਹਾ ਸਾਰਿਆਂ ਨੂੰ 2024 ਤੱਕ ਹੀ ਮਿਲ ਰਿਹਾ ਜੀ ਇਸ ਤੋਂ ਅਗਲੀ ਡੇਟ ਉਹ ਨਹੀਂ ਦੇ ਰਹੇ ਕਿਉਂਕਿ ਇਹ 2024 ਦੇ ਵਿੱਚ ਇਹ ਕਹਿ ਰਿਹਾ ਕਿ ਇਹਨਾਂ ਨੇ ਕੋਈ ਸਕਿਉਰਟੀ ਫੀਚਰਸ ਆ ਉਹ ਚੇਂਜ ਕਰਨੀਆਂ ਠੀਕ ਹੈ ਜੀ ਤਾਂ ਉਹਦੇ ਵਾਸਤੇ ਸ਼ਾਇਦ ਤੁਹਾਡੇ ਦੁਆਰਾ ਫਿੰਗਰਪ੍ਰਿੰਟਸ ਲੈਣਗੇ ਜਾਂ ਕੋਈ ਵੀ ਪ੍ਰੋਸੀਜਰ ਹੈ ਇਹਨਾਂ ਨੇ ਕੋਈ ਚਿਪ ਪਾਉਣੀ ਹੈ ਵਿੱਚ ਸਕਿਉਰਿਟੀ ਫੀਚਰਸ ਆ ਕੁਝ ਵੀ ਚੇਂਜ ਕਰਨਾ ਇਹ ਸਰਕਾਰ ਦੀ ਕੋਈ ਪਾਲਿਸੀ ਹੋਊਗੀ ਇਹ ਸਾਰਿਆਂ ਨੂੰ ਜਿਹੜੀ ਸੈਟਲਮੈਂਟ ਦੇ ਕਾਰਡ ਆ ਇਹ 2024 ਤੱਕ ਹੀ ਮਿਲ ਰਹੇ ਆ ਠੀਕ ਹੈ ਜੀ ਤੇ ਇਹਨਾਂ ਸੋਚੋ ਵੀ ਮੇਰੇ ਕੋਲ ਸੈਟਲਮੈਂਟ ਨਹੀਂ ਹੈਗੀ ਮੈਂ ਤਾਂ ਟੈਂਪਰੇਰੀ ਵੀਜ਼ਾ ਮਿਲਿਆ 4 ਸਾਲਾਂ ਦਾ ਜੀ ਜੀ ਨਹੀਂ ਤੁਹਾਡਾ ਵੀਜ਼ਾ ਸੈਟਲਮੈਂਟ ਹੀ ਹੈ ਉਹਨਾਂ ਦੀ ਇਹ ਉਹਨਾਂ ਦੀ ਪਾਲਿਸੀ ਆ 24 ਤੱਕ ਹੀ ਤੁਹਾਨੂੰ ਦੇ ਰਹੇ ਆ ਜੀ ਠੀਕ ਹੈ ਜੀ ਕੋਈ ਵੀ ਪਰੇਸ਼ਾਨੀ ਹੋ ਡੈਲਸਨ ਸਿਲਿਸਟਰ ਨੂੰ ਕੰਟੈਕਟ ਕਰਨਾ ਬਿਲਕੁਲ ਵੀ ਨਾ ਭੁੱਲਣਾ ਨਾਲੇ ਹੁਣ ਜਿਹੜੇ ਅਸੀਂ ਕੁਝ ਕੁਐਸਚਨ ਕਰਨ ਲੱਗੇ ਆ ਇਹਦਾ ਗੁਰਗਰਦਨ ਹਰ ਕਿਸੇ ਦੀ ਆਪਣੀ ਆਪਣੀ ਹੈ ਕਿਆਮਤ ਦੇ ਰੋਜ਼ ਹਮ ਸਭ ਨੇ ਆਪਣਾ ਜਵਾਬ ਜੋ ਹੈ ਉਹ ਖੁਦ ਦੇਣਾ ਹੈ ਕਿਸੇ ਕੋ ਧੋਖਾ ਦੇਣਾ ਅੱਛੀ ਗੱਲ ਤਾਂ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਲੋਕ ਹਟਦੇ ਨਹੀਂ ਹੈ ਜਦ ਤੱਕ ਧੋਖਾ ਨਹੀਂ ਦੇ ਦਿੰਦੇ ਡਿਵੋਰਸ ਵਕੀਲ ਸਾਹਿਬ ਬਹੁਤ ਮਹਿੰਗਾ ਹੈ ਜੀ ਪਰ ਇਹ ਸੁਣਿਆ ਹੈ ਕਿ ਕਈਆਂ ਨੂੰ ਡਿਵੋਰਸ ਦੀ ਫੀ ਮਾਫੀ ਹੁੰਦੀ ਹੈ ਜੀ ਉਹ ਕਿੰਨਾ ਹੁੰਦੀ ਹੈ ਵਿਕੀ ਪਹਿਲਾਂ ਮੈਂ ਦੱਸ ਦਵਾ ਜੇ ਤੁਸੀਂ ਕੰਮ ਕਰਦੇ ਆ ਤਾਂ ਤੁਹਾਡੀ ਡਿਵੋਰਸ ਦੀ ਜਿਹੜੀ ਕੋਰਟ ਦੀ ਫੀਸ ਆ 550 ਪਾਉਂਡ ਹੁੰਦੀ ਹਾਂਜੀ 550 ਪਾਉਂਡ ਹਰ ਇੱਕ ਨੂੰ ਕਈ ਕਰਨੀ ਪੈਂਦੀ ਜੀ ਪਰ ਜੇ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਯੂਨੀਵਰਸਲ ਕ੍ਰੈਡਿਟ ਤੇ ਜੀ ਜਾਂ ਕਿਸੇ ਤਰ੍ਹਾਂ ਦੇ ਡਿਸੇਬਿਲਟੀ ਬੈਨੀਫਿਟ ਲੈ ਰਹੇ ਆ ਜਾਨੀ ਕਿ ਤੁਸੀਂ ਕੰਮ ਨਹੀਂ ਕਰਦੇ ਜੀ ਤਾਂ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਆ 3 ਮਹੀਨਿਆਂ ਦੀ ਉਹ ਤੁਹਾਨੂੰ ਦਿਖਾਣੀ ਪੈਂਦੀ ਆ ਕੋਰਟ ਨੂੰ ਤੇ ਨਾਲ ਇੱਕ ਐਗਜ਼ੈਂਪਸ਼ਨ ਫਾਰਮ ਹੁੰਦਾ ਉਹ ਭਰਨਾ ਪੈਂਦਾ ਤੁਹਾਨੂੰ ਜਿਹੜੀ ਫੀਸ ਆ ਉਹਦੇ ਤੋਂ ਮਾਫੀ ਮਿਲ ਸਕਦੀ ਹੈ ਜਿਹੜੀ 550 ਹੁਣ ਫੀਸ ਹੈ ਠੀਕ ਹੈ ਜੀ ਅ ਡੇਰ ਵੀ ਲੱਗਦੀ ਹੋएगी ਡਿਵੋਰਸ ਹੁੰਦੇ ਕਿੰਨੀ ਕੁ ਡੇਰ ਲੱਗ ਜਾਂਦੀ ਹੈ ਕਿ ਨਾਰਮਲ ਕੇਸਾਂ ਦੇ ਵਿੱਚ 3 ਟੂ 6 ਮੰਥਸ ਲੱਗਦੇ ਆ ਜੀ ਜਦੋਂ ਅਸੀਂ ਕਹਿੰਦੇ ਆ ਕਿ ਨਾਰਮਲ ਕੇਸ ਉਹਦਾ ਮਤਲਬ ਇਹ ਹੁੰਦਾ ਕਿ ਜਦੋਂ ਆਪਾਂ ਅਪਲਾਈ ਕੀਤਾ ਇੱਕ ਜਣੇ ਨੇ ਤੇ ਦੂਸਰੇ ਨੇ ਫਟਾਫਟ ਰਿਸਪਲਾਈ ਵਿਦਨ ਟਾਈਮ ਵਿਦਨ 14 ਡੇਜ਼ ਰਿਸਪਲਾਈ ਕਰਤਾ ਹਾਂਜੀ ਉਸ ਤਰ੍ਹਾਂ ਦੇ ਕੇਸਾਂ ਦੇ ਵਿੱਚ 3 ਟੂ 6 ਮੰਥ ਲੱਗਦੇ ਆ ਜੀ ਪਰ ਜਿਹੜੇ ਅਬਨਾਰਮਲ ਕੇਸ ਆ ਜਿੱਥੇ ਇੱਕ ਜਣਾ ਕਹਿੰਦਾ ਪੇਪਰ ਭੇਜੀ ਜਾਂਦਾ ਦੂਜਾ ਰਿਪਲਾਈ ਨਹੀਂ ਕਰਦਾ ਤਾਂ ਉਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਫਿਰ ਪ੍ਰੂਵ ਕਰਨਾ ਪੈਂਦਾ ਕਿ ਉਸ ਦੂਸਰੇ ਜਿਹੜਾ ਪਾਰਟੀ ਆ ਉਹਨੂੰ ਪੇਪਰ ਸਰਵ ਹੋ ਚੁੱਕੇ ਆ ਉਹ ਜਾਣ ਬੁੱਝ ਕੇ ਰਿਪਲਾਈ ਨਹੀਂ ਕਰਦਾ ਤਾਂ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਜੇ ਬਹੁਤ ਟਾਈਮ ਲੱਗ ਜਾਂਦਾ ਸਾਲ ਵੀ ਲੱਗ ਜਾਂਦਾ ਡੇਢ ਸਾਲ ਵੀ ਲੱਗ ਜਾਂਦਾ ਫਿਰ ਇਟ ਡਿਪੈਂਡਸ ਕਿ ਆਪਾਂ ਕਿਸ ਤਰ੍ਹਾਂ ਕੋਰਟ ਨੂੰ ਯਕੀਨ ਦਿਵਾ ਸਕਦੇ ਆ ਕਿ ਪੇਪਰ ਉਸ ਬੰਦੇ ਤੱਕ ਜਾਂ ਲੇਡੀ ਤੱਕ ਪਹੁੰਚ ਗਏ ਆ ਜੀ ਜੋ ਜਾਣ ਕੇ ਰਿਪਲਾਈ ਨਹੀਂ ਕਰਦੇ ਤਾਂ ਉਹਦਾ ਅੱਗੇ ਪ੍ਰोसीਜਰ ਹੁੰਦਾ ਆ ਜਿਹੜਾ ਆਬਵੀਅਸਲੀ ਦਰਸ਼ਕਾਂ ਲਈ ਇਸ ਬਿਟ ਕੰਪਲੀਕੇਟਡ ਟੂ ਅੰਡਰਸਟੈਂਡ ਡੀਮਡ ਸਰਵਿਸ ਹੋਗੀ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਹੁੰਦੀਆਂ ਉਹ ਡਿਪੈਂਡ ਕਰਦਾ ਫਿਰ ਆਪਾਂ ਕਈ ਵਾਰੀ ਡਿਵੋਰਸ ਦੇ ਰੀਜ਼ਨ ਵੀ ਆਪਾਂ ਨੂੰ ਚੇਂਜ ਕਰਨੇ ਪੈਂਦੇ ਆ ਦੁਬਾਰਾ ਪਟੀਸ਼ਨ ਫਾਈਲ ਕਰਨੀ ਪੈਂਦੀ ਹੈ ਜੀ ਤਾਂ ਇਸ ਤਰ੍ਹਾਂ ਦੀਆਂ ਸਟੋਰੀਆਂ ਹੁੰਦੀਆਂ ਉਹ ਤੇ ਕਾਫੀ ਟਾਈਮ ਲੱਗ ਜਾਂਦਾ नो मैटर हाउ कॉम्प्लिकेटेड इट हिज यू कैन ओलज़ गेट इन टच विद डल्स एंड सलिसिटर दो रास्ते हैं एट द मोमेंट क्योंकि जो कम्युनिटी सेंटर सी वह तो उत्तर नहीं जाया जा रहा कोविड नाइनटीन फैलिया तुम्हें पता इनफेक्शन करके सारा कुछ बंद है एट द मोमेंट तो संघत टेलीविजन स्काई चैनल सैवन सिक्स नाइन उत्तप्शन है उत्तलीफोन नंबर है उस टेलीफोन नंबर का यूज़ कर सकते हो उ अपना नाम और अपना टेलीफोन नंबर उड़ और एक वट्सअप का नंबर भी है और जो व्हाट्सएप का नंबर है उत्थे टेलीफोन कर सद हैं या फिर उ अपना मैसेज भी छोड़ सकते हैं एंड सैवनटीन स्कूल रोड हॉल ग्रीन मंडे टू फ्राइडे नौ बजे तो लैके शाम बजे तक बिल्कुल फ्री राय दी जाती है तुम उ सकते हो या टेलीफोन कर सकते हो डेलसन सिलिस्टर का और स्काई चैनल सैवन सिक्स नाइन का प्रोग्रामी तो सेवा दे देता है ये हर हफ्ते तो सेवा दे है देता जो रुके हुए काम हैं ਉਹ ਬਣ ਜਾਣ ਅਰਸੀਂ ਅੱਗੇ ਮਿਲ ਕੇ ਸਾਰੇ ਪ੍ਰੋਗਰੈਸ ਕਰੀਏ ਵਿਆਹ ਦੀ ਮੈਟ੍ਰਿਮੋਨੀਅਲ ਪ੍ਰਾਪਰਟੀ ਵੀ ਹੁੰਦੀ ਹੈ ਜੀ ਅਰ ਜੀ ਮੈਟ੍ਰਿਮੋਨੀਅਲ ਪ੍ਰਾਪਰਟੀ ਹੈ ਤਾਂ ਡਿਵੋਰਸ ਉਹਦੇ ਹਿਸਾਬ ਕਿਤਾਬ ਦੇ ਬਾਅਦ ਹੋਏਗਾ ਕਿ ਪਹਿਲੇ ਵੀ ਹੋ ਸਕਦਾ ਹੈ ਹਾਂਜੀ ਪਹਿਲਾਂ ਤਾਂ ਵਿਕੀ ਆਪਾਂ ਦਰਸ਼ਕਾਂ ਨੂੰ ਐਕਸਪਲੇਨ ਕਰ ਦਈਏ ਵੀ ਮੈਟ੍ਰਿਮੋਨੀਅਲ ਪ੍ਰਾਪਰਟੀ ਕੀ ਹੁੰਦੀ ਹੈ ਮੈਟ੍ਰਿਮੋਨੀਅਲ ਪ੍ਰਾਪਰਟੀ ਇਹ ਹੁੰਦੀ ਹੈ ਜਿਹੜਾ ਮੈਰਿਡ ਕਪਲ ਆ ਹਸਬੰਡ ਵਾਈਫ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਤਾਂ ਜਦੋਂ ਉਹਨੂੰ ਇੱਕ ਤਰ੍ਹਾਂ ਦਾ ਇਹ ਲੀਗਲ ਟਰਮ ਆਪਾਂ ਯੂਜ਼ ਕਰਦੇ ਆਂ ਕਿ ਇਹ ਇਹਨੂੰ ਮੈਟ੍ਰਿਮੋਨੀਅਲ ਪ੍ਰਾਪਰਟੀ ਕਹਿੰਦੇ ਆਂ ਜੀ ਠੀਕ ਹੈ ਜਿਹੜਾ ਕੋਈ ਵੀ ਫੈਮਿਲੀ ਕੋਰਟ ਜਾਂ ਡਿਵੋਰਸ ਨਾਲ ਰਿਲੇਟਡ ਮਸਲਾ ਆਪਾਂ ਉਹਨੂੰ ਮੈਟ੍ਰਿਮੋਨੀਅਲ ਇਸ਼ੂ ਵੀ ਕਹਿ ਦਿੰਦੇ ਆਂ ਜੀ ਸੋ ਕੋਈ ਵੀ ਤੁਹਾਡਾ ਮੈਟ੍ਰਿਮੋਨੀਅਲ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ 골ਡ ਹੈ ਸਾਰਾ ਕੁਝ ਅਸੀਂ ਇਹੀ ਸੁਜੈਸਟ ਕਰਦੇ ਹੁੰਨੇ ਆ ਕਿ ਉਹ ਪਹਿਲਾਂ ਆਪਣੀ ਪ੍ਰਾਪਰਟੀ ਦਾ ਜਿਹੜਾ ਹਿਸਾਬ ਕਿਤਾਬ ਆ ਤੁਸੀਂ ਇੱਕ ਦੂਜੇ ਨਾਲ ਫਿਨਿਸ਼ ਕਰ ਲਓ ਉਹ ਕਿਸ ਤਰ੍ਹਾਂ ਫਿਨਿਸ਼ ਕਰਨਾ ਇਹਦਾ ਆਪਾਂ ਬਰੀਫ ਦੇ ਵਿੱਚ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇਵਾਂਗੇ ਤਾਂ ਜਾਂ ਇਸ ਤੋਂ ਬਗੈਰ ਜੇ ਤੁਸੀਂ ਆਪਣਾ ਪ੍ਰਾਪਰਟੀ ਦਾ ਜੋ ਮਸਲਾ ਆ ਜਾਂ ਬੈਂਕ ਬੈਲੈਂਸ ਦਾ ਪੈਨਸ਼ਨ ਦਾ ਇਸ ਤੋਂ ਬਗੈਰ ਜੇ ਤੁਸੀਂ ਡਿਵੋਰਸ ਲੈਣੇ ਆ ਤਾਂ ਇਟਸ ਨੋਟ ਰਾਈਟ ਇਹ ਰਾਈਟ ਚੀਜ਼ ਨਹੀਂ ਹੈਗੀ ਕਰਨ ਵਾਸਤੇ ਠੀਕ ਹੈ ਤੁਹਾਨੂੰ ਬੈਟਰ ਹੈ ਕਿ ਇੱਕ ਦੂਸਰੇ ਤੋਂ ਕਲੀਨ ਬ੍ਰੇਕ ਲਾਓ ਤੁਸੀਂ ਆਪਣਾ ਸਬਕਤ ਆ ਫਿਨਿਸ਼ ਕਰਕੇ ਤਾਂ ਕਿ ਡਿਵੋਰਸ ਤੋਂ ਬਾਅਦ ਤੁਸੀਂ ਹੋਰ ਵਿਆਹ ਕਰਾਉਣਾ ਆ ਪ੍ਰਾਪਰਟੀ ਲੈਣੀ ਆ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਦੂਸਰੀ ਪਾਰਟੀ ਦਾ ਤੁਹਾਡੇ ਜਿਹੜੇ ਫਰਦਰ ਐਸੈਟਸ ਆ ਉਹਨਾਂ ਤੇ ਕੋਈ ਹੱਕ ਨਹੀਂ ਹੋਏਗਾ ਨਹੀਂ ਜੀ ਠੀਕ ਹੈ ਤਾਂ ਜੇ ਤੁਸੀਂ ਬਿਨਾ ਕਲੀਨ ਬ੍ਰੇਕ ਲੈ ਡਿਵੋਰਸ ਕਰ ਲੈਣੇ ਆ ਤਾਂ ਫਿਰ ਹਮੇਸ਼ਾ ਤੁਹਾਨੂੰ ਇਹ ਡਰ ਬਣਿਆ ਰਹੇਗਾ ਕਿ ਦੂਸਰੀ ਪਾਰਟੀ ਕਿਸੇ ਵੀ ਵਕਤ ਤੁਹਾਡੇ ਖਿਲਾਫ ਕਲੇਮ ਇਸ਼ੂ ਕਰ ਸਕਦੀ ਹੈ ਕਰ ਸਕਦੀ ਹੈ ਜੀ ਜੀ ਤਾਂ ਇਸ ਕਰਕੇ ਬੈਟਰ ਇਹ ਹੀ ਆ ਤੁਸੀਂ ਪਹਿਲਾਂ ਆਪਣੀ ਕਲੀਨ ਬ੍ਰੇਕ ਕਰੋ ਇੱਕ ਦੂਜੇ ਨਾਲ ਜਿਹੜਾ ਪ੍ਰਾਪਰਟੀ ਦਾ ਮਸਲਾ ਕੋਈ ਵੀ ਉਹ ਫਿਨਿਸ਼ ਕਰਕੇ ਫਿਰ ਫਾਈਨਲ ਡਿਵੋਰਸ ਅਪਲਾਈ ਕਰੋ ਰਾਈਟ ਜੋ ਕਾਨੂੰਨ ਹੈ ਉਹ ਉਹ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿ ਬੜੀਆਂ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਉਹਨੇ ਪੋਸਟ ਆਫਿਸ ਦੀ ਸਟੈਂਪ ਦੀ ਗੱਲ ਨਹੀਂ ਹੋ ਰਹੀ ਵੈਸੇ ਗੱਲ ਹੋ ਰਹੀ ਹੈ ਕਿ ਇੱਕ ਨੋ ਟਾਈਮ ਲਿਮਿਟ ਸਟੈਂਪ ਹੁੰਦੀ ਹੈ ਉਹ ਕੀ ਹੁੰਦੀ ਹੈ ਹਾਂਜੀ ਉਹ ਹੁੰਦੀ ਵੀ ਕਿ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੈਗੇ ਆ ਤਾਂ ਤੁਹਾਡੇ ਜਿਹੜੀ ਸਟੈਂਪ ਆ ਪੁਰਾਣੇ ਪਾਸਪੋਰਟ ਤੇ ਲੱਗੀ ਹੋਈ ਹੈ नो टाइम लिमिट स्टैम्प ਦਾ ਮਤਲਬ ਹੁੰਦਾ ਤੁਹਾਡੇ ਵੀਜ਼ੇ ਤੇ ਕੋਈ ਲਿਮਿਟੇਸ਼ਨ ਨਹੀਂ ਹੈਗੀ ਤੁਹਾਡੇ ਕੋਲ ਪਰਮਾਨੈਂਟ ਯੂਕੇ ਦਾ ਵੀਜ਼ਾ ਜਿਸ ਨੂੰ ਆਪਾਂ ਲੀਗਲ ਭਾਸ਼ਾ ਦੇ ਵਿੱਚ ਇਨਡੇਫਿਨਿਟ ਲੀਵ ਟੂ ਰੇਮੇਨ ਕਹਿੰਦੇ ਆ ਯੈਸ ਉਹ ਜਿਹੜੀ ਆ ਤੁਹਾਡੇ ਪੁਰਾਣੇ ਪਾਸਪੋਰਟ ਤੇ ਲੱਗੀ ਆ ਤਾਂ ਤੁਸੀਂ ਕਾਰਡ ਲੈਣਾ ਇੱਕ ਉਹਨੂੰ BRP ਕਾਰਡ ਕਹਿੰਦੇ ਆ ਉਹ ਕਾਰਡ ਆ ਜਿਹੜਾ ਜਦੋਂ ਤੁਸੀਂ ਲੈ ਲੈਨੇ ਆ ਉਹਨੂੰ ਆਪਾਂ ਕਹਿ ਦਿੰਨੇ ਆ ਕਿ ਤੁਹਾਡੇ ਕੋਲੇ ਨੋ ਟਾਈਮ ਲਿਮਿਟ ਸਟੈਂਪ ਹੈ ਅੱਛਾ ਜੀ ਥੈਂਕ ਯੂ ਸੋ ਮੱਚ ਇਹ ਵਾਰ ਸੋਚ ਕੇ ਨਾ ਸਟੈਂਪ ਦੀ ਗੱਲ ਮੇਰੇ ਦਿਮਾਗ ਤੇ ਗੱਲ ਸੀਗੀ ਔਰ ਮੂੰਹ ਤੇ ਸਮਾਈਲ ਆ ਜਾ ਰਹੀ ਸੀ ਸਟੇਟਲੈਸ ਐਪਲੀਕੇਸ਼ਨ ਕੀ ਹੁੰਦੀ ਹੈ ਇੱਕ ਵਾਰ ਫੇਰ ਐਕਸਪਲੇਨ ਕਰ ਦਿਓ ਪਲੀਜ਼ ਜੀ ਸਟੇਟਲੈਸ ਐਪਲੀਕੇਸ਼ਨ ਵੀ ਕੀ ਉਹਨਾਂ ਬੱਚਿਆਂ ਲਈ ਹੁੰਦੀ ਹੈ ਜਿਹੜੇ ਜਿਨ੍ਹਾਂ ਦੇ ਪੇਰੈਂਟਸ ਇਲੀਗਲ ਆ ਤੇ ਯੂਕੇ ਦੇ ਵਿੱਚ ਬੱਚਾ ਪੈਦਾ ਹੋਇਆ ਉਹਨਾਂ ਦਾ ਤਾਂ ਬੱਚਾ 5 ਸਾਲ ਦਾ ਹੋ ਗਿਆ ਉਹਦੇ ਕੋਲ ਕੋਈ ਵੀ ਨੈਸ਼ਨੈਲਿਟੀ ਨਹੀਂ ਹੈਗੀ ਉਹ ਬੱਚੇ ਨੂੰ ਅਸੀਂ ਸਟੇਟਲੈਸ ਦੀ categories ਦੇ ਵਿੱਚ ਮੰਨਦੇ ਜੀ ਤਾਂ ਸਟੇਟਲੈਸ ਜਿਹੜਾ ਬੱਚਾ 5 ਸਾਲ ਯੂਕੇ ਦੇ ਵਿੱਚ ਰਹਿਣ ਦੇ ਬਾਅਦ ਉਹ ਬ੍ਰਿਟਿਸ਼ ਨੈਸ਼ਨੈਲਿਟੀ ਲੈ ਸਕਦਾ ਜੀ ਤਾਂ ਉਹਦੇ ਬਿਸਤੇ ਉਹਦੇ ਪੇਰੈਂਟਸ ਵੀ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ 2.5 ਸਾਲ ਦਾ 27 ਮਹੀਨਿਆਂ ਦਾ ਵੀਜ਼ਾ ਠੀਕ ਹੈ ਉਹਨੂੰ ਆਪਾਂ ਸਟੇਟਲੈਸ ਦੀ ਐਪਲੀਕੇਸ਼ਨ ਕਰਦੇ ਕਹਿੰਦੇ ਠੀਕ ਹੈ ਜੀ ਠੀਕ ਹੈ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਇਹਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਲੱਗੀ ਹੋਊਗੀ ਜੇ ਆਬਵੀਅਸਲੀ ਕੋਈ ਵੀ ਸਵਾਲ ਹੋਵੇਗਾ ਤਾਂ ਸਾਨੂੰ ਕੰਟੈਕਟ ਕਰ ਸਕਦੇ ਜੇ ਤੁਹਾਨੂੰ ਕੰਪਲਿਕੀਸ਼ਨ ਲੱਗੀਗੀ तो वेद वास्ते डलसन सिलिस्टर के माहिर वकील हाजिर हैं वकील दलजीत जी थोड़ी तो सेवा एस ट्वेंटी फोर सैवन हाज़िर हैं और इस अच्छी कड़ी गल हो सकती है कि अपनी संगत टैलीविजन की रिसैपन से टैलीफोन करके अपना टैलीफोन नंबर छोड़ सकते हो अपना नाम छोड़ सकते हो एंड अलावा उ वट्सअप का जो नंबर है वह भी इस्तेमाल कर सकते हो तुम्हें पता है डलसन सिलिस्टर वाले पहले तीन जगहों पर जाते होंगे कम्यूनिटी सेंटरसते थो बिल्कुल फ्री राय देने अजक हालात हाजरा करके वहाँ नहीं जा सकते क्योंकि कोविड फैलिया हो पर तुसी निराश नहीं हो तो जरा जलसन सलिस्टर का ऑफिस है तुसी उ जा सकते हो ऑल द टाइम मंडे टू फ्राइडे सवेरे नौ बजे तो लैके शाम बजे तक बिल्कुल फ्री राय दी जाती है तू सोलह बरस का मैं सत्रह बरस की सतारा नंबर हमेशा सानू याद रहा है गाने करके नो you know, तो फिर सतारा स्कूल जितने जा नहीं सी करता स्कूल रोड स्कूल रोड एंड हॉल ग्रीन हॉल इज ग्रीन डलसन लिस्टर के उ पहुँच जाओ तो सारे सपनों में हरियाली ही हरियाली छा जाएगी और हर नैगेटिविटी तो भी और गलत न्यूज़ तो भी बच सकोगे वकील साहब सुनिया <laughs> so <laughs> बहुत मेहरबानी आए और अगले हफ्ते आज ही के दिन आज ही के समय एक बार फिर ਵਕੀਲ ਸਾਹਿਬ ਤੁਹਾਡੀ ਸੇਵਾ ਦੇਇ ਚਾਜ਼ਰ ਰਣਕੇ ਡਲਸਨਸ ਲਿਸਟਰ ਕੇ ਦਲਜੀਤ ਨजीरान जी आरवी ਕੀ ਗੇਲ ਜੀ ਜਬ ਤੱਕ ਅਸੀਂ ਲੋਟ ਕੇ ਨਾ ਆਈਏ ਮੇਕ ਦਾ ਮੋਸਟ ਆਫ ਇਟ ਸਟੇ ਸੇਫ ਸਸਕਾ ਸਸਕਾ